ਪੈਣਾ ਨੂੰ ਮਨਾ ਕੀਤਾ ਗਿਆ ਹੈ ਪੈਂਟਾਂ ਨਹੀਂ ਪਾਣੀਆਂ। ਹੁਣ ਪੈਂਟਾਂ ਨਹੀਂ ਪਾਣੀਆਂ ਭਾਵੇਂ ਤੁਸੀਂ ਨੌਕਰੀ ਤੇ ਪਾ ਰਹੀਆਂ ਹੋ, ਤੁਸੀਂ ਨਰਸਿੰਗ ਦਾ ਕੋਰਸ ਕੀਤਾ ਹੈ, ਤੁਸੀਂ ਨੌਕਰੀ ਤੇ ਪੈਂਟਾਂ ਪਾ ਰਹੀਆਂ ਹੋ, ਤੁਸੀਂ ਪਾ ਤਾਂ ਰਹੀਆਂ ਹੋ ਨਾ ਪੈਂਟਾਂ, ਵੈਸ਼ਿਆ ਦੇ ਆਤਮਾ ਦੇ ਤਾਂ ਫੜ ਹੀ ਲਿਆ ਆ, ਠੀਕ ਆ। ਤੇ ਪਾਸਟਰ ਕਹਿੰਦਾ ਆ ਵੀ ਇੰਨੀ ਸਖਤੀ ਨਹੀਂ ਅਸੀਂ ਕਰ ਸਕਦੇ, ਉਹ ਪਾਸਟਰ ਦਲਾਲ ਹੈ ਉਸ ਭੈਣ ਦਾ। ਮੈਂ ਸਾਫ਼ ਤੇ ਸਪਸ਼ਟ ਕਹਿੰਦਾ ਉਹ ਪਾਸਟਰ ਨਹੀਂ ਹੈ, ਉਹ ਦੱਲਾ ਆ, ਦਲਾਲ ਹੈ ਉਹ ਪਾਸਟਰ ਜਿਹੜਾ ਉਸ ਭੈਣ ਦਾ ਦੁਸ਼ਮਣ ਸਿਖਾਉਂਦਾ ਹੈ, ਉਸਨੂੰ ਪੈਂਟ ਪਵਾ ਕੇ ਉਹਨੂੰ ਡਾਂਟ ਨਹੀਂ ਰਿਹਾ, ਉਹਨੂੰ ਸਮਝਾ ਨਹੀਂ ਰਿਹਾ, ਉਹ ਦਲਾਲ ਹੈ। ਤੇ ਇਹੋ ਜਿਹੇ ਲੋਕਾਂ ਨੂੰ ਖੁਦਾਵੰਦ ਬਹੁਤ ਬੁਰੀ ਤਰ੍ਹਾਂ ਮਾਰੇਗਾ, ਠੀਕ ਹੈ। ਇਹ ਸੰਦੇਸ਼ ਹੈ ਖੁਦਾ ਦਾ, ਕੋਈ ਕੰਪਰਮਾਈਜ਼ ਨਹੀਂ ਕਿਸੇ ਦੇ ਨਾਲ ਵੀ, ਠੀਕ ਹੈ। ਏਦਾਂ ਤਾਂ ਯੂਸਫ ਵੀ ਕਹਿ ਸਕਦਾ ਸੀ ਪ੍ਰਭੂ ਕੋਈ ਗੱਲ ਨਹੀਂ, ਮੈਨੂੰ ਮੌਕਾ ਮਿਲਿਆ ਫਿਰ ਕੀ, ਮੈਂ ਮਾਫ਼ੀ ਮੰਗ ਲੂੰਗਾ ਤੇਰੇ ਤੋਂ, ਠੀਕ ਹੈ। ਖੁਦਾ ਦੇ ਬਚਨ ਨੇ ਜੋ ਮਨਾ ਕੀਤਾ ਮਨਾ ਕੀਤਾ, ਨਹੀਂ ਕਰ ਸਕਦੇ ਤਾਂ ਨਹੀਂ ਕਰ ਸਕਦੇ, ਜੇ ਭੈਣਾਂ ਪੈਂਟਾਂ ਨਹੀਂ ਪਾ ਸਕਦੀਆਂ ਤੇ ਇਹਦਾ ਮਤਲਬ ਹੈ ਨਹੀਂ ਪਾ ਸਕਦੀਆਂ, ਜੋ ਮਰਜ਼ੀ ਕਿਉਂ ਨਾ ਹੋ ਜਾਵੇ, ਠੀਕ ਹੈ। ਤੇ ਇੱਥੇ ਤੁਸੀਂ ਭੈਣ ਭਾਈਆਂ ਦੇ ਜੀਵਨ ਦੇਖੋ ਦੋਗਲੇ, ਫਿਰ ਲੋਕ ਕਹਿੰਦੇ ਸਾਡੇ ਕੋਲ ਪਵਿੱਤਰ ਆਤਮਾ ਹੈ, ਤੁਹਾਡੇ ਕੋਲ ਪਵਿੱਤਰ ਆਤਮਾ ਨਹੀਂ ਹੈ, ਤੁਹਾਡੇ ਕੋਲ ਦੁਸ਼ਟ ਆਤਮਾ ਹੈ, ਠੀਕ ਹੈ। ਜੇ ਕੋਈ ਸੇਵਕ ਭਾਈ ਇਸ ਤਰ੍ਹਾਂ ਕਰਦਾ ਹੈ, ਜੇ ਕੋਈ ਭੈਣ ਭਾਈ ਇਸ ਤਰ੍ਹਾਂ ਕਰਦਾ ਹੈ ਤੇ ਆਪਣੇ ਆਪ ਨੂੰ ਕਹਿੰਦਾ ਅਸੀਂ ਸੰਦੇਸ਼ ਵਿੱਚ ਹਾਂ, ਠੀਕ ਹੈ, ਫਿਰ ਸੰਦੇਸ਼ ਦਾ ਉਹਨੂੰ ਕੂੜਾ ਐੜਾ ਨਹੀਂ ਪਤਾ। ਇਸ ਕਰਕੇ ਜੋ ਖੁਦਾ ਦਾ ਵਚਨ ਕਹਿੰਦਾ ਹੈ ਉਹ ਸੌਖਾ ਲੱਗੇ ਚਾਹੇ ਔਖਾ ਲੱਗੇ ਕਰਨਾ ਹੀ ਪੈਣਾ। ਜੇ ਅਮੀਰ ਮਨੁੱਖ ਨੇ ਖੁਦਾ ਦੀ ਗੱਲ ਨਹੀਂ ਮੰਨੀ, ਪ੍ਰਭੂ ਕਹਿੰਦਾ ਮੇਰੇ ਪਿੱਛੇ ਹੋ, ਤੂੰ ਜੇ ਨਹੀਂ ਮੰਨਿਆ ਤੇ ਫਿਰ ਗਿਆ ਕਿੱਥੇ ਹੋ। ਭਾਈ ਬ੍ਰਹਮ ਨੇ ਕਿਹਾ ਅਗਲੇ ਪਲਕ ਉਹ ਨਰਕ ਦੀ ਅੱਗ ਵੀ ਸਾੜ ਰਿਹਾ ਸੀ, ਕਿਉਂਕਿ ਉਹਨੇ ਖੁਦਾ ਦੀ ਅਣ ਆਗਿਆਕਾਰੀ ਕੀਤੀ। ਤੇ ਅੱਜ ਲੋਕ ਕੀ ਕਰ ਰਹੇ ਆ, ਸੰਦੇਸ਼ ਕਲੀਅਰ ਕਰ ਦਿੱਤਾ ਹੈ ਸੰਦੇਸ਼ ਨੇ ਵੀ ਇੱਕ ਭੈਣ ਦਾ ਆਤਮਿਕ ਭੈਣ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ, ਜੇ ਕੋਈ ਸੰਦੇਸ਼ ਵਿੱਚ ਭੈਣ ਹੋ ਉਹਦਾ ਜੀਵਨ ਕਿੱਦਾਂ ਹੋਣਾ ਚਾਹੀਦਾ, ਭਾਈ ਦਾ ਜੀਵਨ ਕਿੱਦਾਂ ਹੋਣਾ ਚਾਹੀਦਾ, ਠੀਕ ਹੈ। ਜੇ ਉਹਦੇ ਅਨੁਸਾਰ ਉਹ ਨਹੀਂ ਚੱਲ ਰਹੇ ਤੇ ਉਹ ਅਣਾਗਿਆਕਾਰੀ ਕਰ ਰਹੇ ਆ, ਫਿਰ ਤੇ ਫਿਰ ਉਹਨਾਂ ਦਾ ਹਿੱਸਾ ਕਿੱਥੇ ਹੋਵੇਗਾ, ਉੱਥੇ ਹੀ ਜਿੱਥੇ ਅਮੀਰ ਮਨੁੱਖ ਦਾ ਹੈ, ਜਿੱਥੇ ਉਹ ਅਗਨੀ ਦੇ ਵਿੱਚ ਸੜ ਰਿਹਾ ਹੈ ਉੱਥੇ ਹੀ। ਇਸ ਕਰਕੇ ਦੇਖੋ ਕਿੱਦਾਂ ਲੋਕ ਦੋਗਲਾ ਜੀਵਨ ਕਰ ਰਹੇ ਹਨ, ਅੰਨੇ ਤੇ ਕਾਣੇ ਲੋਕ ਨੇ।